ਕਰਨ ਸਿੰਘ ਪੰਦੇੜ ਪ੍ਰੈਸ ਕਾਨਫਰੰਸ ਕਰਦੇ ਨੇ ਕਿ ਮੀਟਿੰਗ ਦੇ ਵਿੱਚ ਕੀ ਕੁਛ ਜਿਹੜੀਆਂ ਚਰਚਾਵਾਂ ਹੋਈਆਂ ਸੀ ਔਰ ਕੀ ਭਰੋਸਾ ਜਿਹੜਾ ਉਹ ਸਰਕਾਰ ਦੇ ਵੱਲੋਂ ਦਵਾਉਣ ਦੇ ਵਿੱਚ ਜਿਹੜੀ ਉਹ ਨਾਕਾਮਯਾਬ ਰਹੀ। ਉਸ ਤੋਂ ਬਾਅਦ ਇਸ ਕੂਚ ਦੀ ਜਿਹੜੀ ਆ ਉਹ ਤਿਆਰੀ, ਹਾਲਾਂਕਿ ਇੱਕ ਮਹੀਨੇ ਪਹਿਲਾਂ ਤੋਂ ਹੀ ਦੱਸ ਦਿੱਤਾ ਗਿਆ ਸੀ, ਲੇਕਿਨ ਹੁਣ ਜੇਕਰ ਕਹੀਏ ਤਾਂ ਕੂਚ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਵੇਲੇ ਮੈਂ ਪਟਿਆਲਾ ਦੇ ਤਰੀੜੀ ਜੱਟਾ ਟੋਲ ਪਲਾਜ਼ੇ ਦੇ ਵਿੱਚ ਮੌਜੂਦ ਹਾਂ ਔਰ ਉੱਥੇ ਦੀਆਂ ਤਸਵੀਰਾਂ ਦਿਖਾਈਏ ਕਿ ਇੱਥੋਂ ਕਿਸ ਤਰੀਕੇ ਦੇ ਨਾਲ ਕਾਫਲਾ ਨਿਕਲ ਰਿਹਾ ਹੈਗਾ, ਕਿਉਂਕਿ ਜਿਹੜੇ ਕਿਸਾਨ ਬਠਿੰਡੇ ਤੋਂ ਆ ਰਹੇ ਨੇ, ਸੰਗਰੂਰ ਤੋਂ ਆ ਰਹੇ ਨੇ, ਹੋਰ ਕਈ ਥਾਵਾਂ ਤੋਂ ਜਦੋਂ ਆ ਰਹੇ ਨੇ, ਤਾਂ ਇੱਕ ਮੇਨ ਰਸਤਾ ਕਿਤੇ ਨਾ ਕਿਤੇ ਪਟਿਆਲਾ ਪੈਂਦਾ ਔਰ ਪਟਿਆਲਾ ਤੋਂ ਗੁਜ਼ਰਦੇ ਹੋਏ ਕਿਸਾਨ ਜਿਹੜੇ ਨੇ ਉਹ ਰਾਜਪੁਰੇ ਵੱਲ ਜਾਣਗੇ। ਔਰ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਇਸ ਬੱਸ ਦੀ, ਜਿਸ ਬੱਸ ਦੇ ਉੱਪਰ ਇਹ ਤਮਾਮ ਤਸਵੀਰਾਂ ਨੇ, ਉਸ ਅੰਦੋਲਨ ਦੀ ਸ਼ੁਰੂਆਤ ਦੀ ਤਸਵੀਰ ਹੈ ਜਦੋਂ ਡੀਸੀ ਦਫ਼ਤਰਾਂ ਦੇ ਬਾਹਰ ਹੁੰਦਾ ਸੀਗਾ, ਜਦੋਂ ਇਹ ਤਸਵੀਰਾਂ ਉਸ ਵੇਲੇ ਦੀਆਂ ਨੇ ਜਦੋਂ ਰੇਲ ਰੋਕੋ ਅੰਦੋਲਨ ਹੁੰਦਾ, ਜਦੋਂ ਪੁਤਲਾ ਫੂਕ ਮੁਜ਼ਾਹਰਾ ਹੁੰਦਾ, ਉਸ ਤਮਾਮ ਚੀਜ਼ ਨੂੰ ਜਿਹੜਾ ਦਰਸਾਇਆ ਗਿਆ ਇਸ ਬੱਸ ਦੇ ਵਿੱਚ ਔਰ ਇਹ ਬੱਸ ਜਿਹੜੀ ਆ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ, ਜਿਹੜੀ ਤਰੀੜੀ ਜੱਟਾ ਟੋਲ ਪਲਾਜ਼ੇ ਦੇ ਵਿੱਚ ਹੈ। ਔਰ ਦੂਸਰੀ ਤਰਫ ਜੇਕਰ ਮੈਂ ਇੱਕ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਾਂ ਤਾਂ ਇਹ ਟਰਾਲੀਆਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੀਆਂ ਨੇ ਉਹ ਸ਼ੰਭੂ ਬਾਰਡਰ ਦੇ ਵੱਲ ਜਿਹੜੀਆਂ ਨੇ ਉਹ ਰਵਾਨਾ ਹੋ ਰਹੀਆਂ ਨੇਗੀਆਂ ਔਰ ਇਹ ਮੰਜੇ ਬਿਸਤਰੇ ਜਿਹੜੇ ਨੇ ਉਹ ਆਪਣੇ ਰੱਖੇ ਹੋਏ ਨੇਗੇ, ਕਿਉਂਕਿ ਪੂਰੀ ਤਿਆਰੀ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਦਿੱਲੀ ਵੱਲ ਕੂਚ ਕਰ ਰਹੇ ਨੇ ਔਰ ਖਾਸ ਤੌਰ 'ਤੇ ਹਰਿਆਣਾ ਸਰਕਾਰ ਦੇ ਵੱਲੋਂ ਜਿਸ ਤਰੀਕੇ ਦੇ ਪ੍ਰਬੰਧ ਕੀਤੇ ਗਏ ਨੇਗੇ ਕਿ ਬੈਰੀਗੇਟ ਲਾਇਆ ਗਿਆ, ਕਈ ਲੇਅਰਾਂ ਦੇ ਵਿੱਚ ਜਿਹੜੀ ਹੈ ਉਹ ਪੱਥਰ ਵੱਡੇ ਵੱਡੇ ਰੱਖੇ ਗਏ ਨੇਗੇ, ਤਮਾਮ ਮਿੱਟੀ ਸਿੱਟੀ ਗਈ ਹੈ, ਕਈ ਥਾਵਾਂ ਦੇ ਉੱਪਰ ਲੈਂਟਰ ਪਾਇਆ ਗਿਆ, ਅਜਿਹੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਵੇਖਣ ਨੂੰ ਮਿਲ ਰਹੀਆਂ ਨੇਗੀਆਂ। ਲੇਕਿਨ ਕਿਸਾਨਾਂ ਦੇ ਵੱਲੋਂ ਇਹ ਸਾਫ਼ ਤੌਰ 'ਤੇ ਕਿਹਾ ਗਿਆ ਕਿ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਹੀ ਜਿਹੜਾ ਉਹ ਪ੍ਰਦਰਸ਼ਨ ਕਰਾਂਗੇ। ਔਰ ਇਹ ਤਸਵੀਰ ਹੈ ਜਦੋਂ ਤਮਾਮ ਤੁਸੀਂ ਦੇਖ ਰਹੇ ਹੋਵੋਗੇ ਕਿਸਾਨ ਨੇ, ਇਹ ਬਜ਼ੁਰਗ ਕਿਸਾਨ ਨੇ ਜਿਹੜੇ ਇਸ ਵੇਲੇ ਟਰਾਲੀ ਦੇ ਵਿੱਚ ਬੈਠੇ ਹੋਏ ਨੇਗੇ। ਬਾਈ ਤਿਆਰੀ ਹੈਗੀ ਪੂਰੀ ਜਾਣ? ਤਿਆਰੀ ਬਾਈ ਜੀ, ਸੱਟਾ ਪਹਿਲਾਂ ਹੀ ਲਵਾਈਆਂ ਹੋਈਆਂ? ਕੋਈ ਗੱਲ ਨਹੀਂ, ਡਿੱਗ ਡੁੱਗ ਕੇ ਵੱਡੇ ਹੋਈਦਾ ਜੀ। ਹੁਣ ਤਿਆਰੀ ਜਿਹੜੀ ਹੈ ਹਰਿਆਣਾ ਸਰਕਾਰ ਨੇ ਵੀ ਪੂਰੀ ਕੀਤੀ ਹੋਈ ਹੈ? ਹਾਂ ਕੀਤੀ ਹੋਈ ਹੈ ਜੀ, 30,000 ਬੰਦਾ ਦਿੱਤਾ ਹੋਇਆ ਉਹਨਾਂ ਸਾਨੂੰ ਜੀ। ਤੁਸੀਂ ਹੁਣ ਕਿਸ ਤਰੀਕੇ ਦੇ ਨਾਲ ਦੇਖ ਰਹੇ ਹੋ, ਕਿਉਂਕਿ ਜੋ ਬੈਰੀਗੇਟ ਲੱਗੇ ਹੋਏ ਨੇਗੇ, ਕੀ ਉਹ ਪੱਟ ਕੇ ਜਾਓਗੇ ਜਾਂ ਸ਼ਾਂਤਮਈ ਤਰੀਕੇ ਨਾਲ ਉੱਥੇ ਬਹਿ ਜਾਓਗੇ? ਵੇਖਾਂਗੇ, ਹੁਣ ਜੇ ਇਹਦੇ ਪੱਟਣੇ ਪਏ ਪੱਟ ਕੇ ਜਾਵਾਂਗੇ, ਜੇ ਬਹਿਣਾ ਪਿਆ ਸ਼ਾਂਤਮਈ ਨਾਲ ਬਹਿਣਾ ਪਊਗਾ। ਪਹਿਲਾਂ ਵੀ ਗਏ ਸੀ ਦਿੱਲੀ? ਗਏ ਸੀ। ਕਿੰਨਾ ਟਾਈਮ ਰਹਿ ਗਿਆ? ਉੱਥੇ 3 ਮਹੀਨੇ ਰਹਿ ਗਏ ਸੀ। ਹੁਣ ਕਿੰਨੀ ਕੁ ਤਿਆਰੀ? ਫੁੱਲ ਤਿਆਰੀ, 6 ਮਹੀਨੇ ਦੀ ਤਿਆਰੀ ਹੈ ਜੀ। ਕਿਉਂਕਿ ਹੁਣ ਗਰਮੀਆਂ ਵੀ ਆ ਗਈਆਂ, ਫਿਰ ਕੀ ਹੈ, ਕੋਈ ਗੱਲ ਨਹੀਂ, ਸਾਰਾ ਕੁਝ ਰਾਸ਼ਨ ਨਾਲ ਹੀ ਲੈ ਕੇ ਆਏ ਹਾਂ ਜੀ। ਤਾਂ ਰਾਸ਼ਨ ਨਾਲ ਲੈ ਕੇ ਆ ਤਮਾਮ ਗੱਦੇ ਤੇ ਬਿਸਤਰੇ ਨੇ ਜਿਹੜੇ ਲੈ ਕੇ ਕਿਸਾਨ ਪਹੁੰਚੇ ਨੇ ਔਰ ਇੱਕ ਤਸਵੀਰ ਤੁਹਾਨੂੰ ਉਹਨਾਂ ਕਿਸਾਨਾਂ ਦੀ ਦਿਖਾ ਦਈਏ ਜਿਹੜੇ ਖਾਸ ਤੌਰ 'ਤੇ ਰੂਟ ਬਣਾ ਰਹੇ ਨੇਗੇ, ਕਿਉਂਕਿ ਇੱਕ ਰੂਟ ਦੇ ਹਿਸਾਬ ਦੇ ਨਾਲ ਇਸ ਜਿਹੜਾ ਪ੍ਰਦਰਸ਼ਨ ਦੀ ਜਿਹੜੀ ਉਹ ਸ਼ੁਰੂਆਤ ਹੋਈ ਹੈ, ਦਿੱਲੀ ਕੂਚ ਦੀ ਜਿਹੜੀ ਉਹ ਸ਼ੁਰੂਆਤ ਹੋਈ ਹੈ ਔਰ ਇਹ ਬੱਸਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ, ਕਿਉਂਕਿ ਹਰ ਇੱਕ ਵਾਹਨ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਇਸ ਅੰਦੋਲਨ ਦੇ ਵਿੱਚ ਔਰ ਇਸ ਦਿੱਲੀ ਕੂਚ ਦੇ ਵਿੱਚ ਜਿਹੜਾ ਉਹ ਉਪਯੋਗ ਕੀਤਾ ਜਾ ਰਿਹਾ ਹੈਗਾ। ਔਰ ਇਹ ਬੱਸ ਹੈ, ਸਕੂਲ ਦੀ ਬੱਸ ਹੈ ਔਰ ਸਕੂਲ ਦੀ ਬੱਸ ਜਿਸ ਤਰੀਕੇ ਨਾਲ ਜਾ ਰਹੀ ਹੈ, ਆ ਇਨੋਵਾ ਗੱਡੀ ਇੱਕ ਤੁਹਾਨੂੰ ਤਸਵੀਰ ਦੇ ਵਿੱਚ ਨਜ਼ਰ ਆ ਰਹੀ ਹੋਵੇਗੀ ਕਿ ਜਿੱਥੇ ਇਹ ਬਿਸਤਰੇ ਨੇਗੇ, ਇਹ ਤਮਾਮ ਤਿਆਰੀ ਹੈ ਵੀ ਮੰਜੇ ਬਿਸਤਰੇ ਹੋ ਗਏ, ਟਰਾਲੀਆਂ ਦੇ ਵਿੱਚ ਵੀ ਬੰਨੇ ਹੋਏ ਨੇ ਅਤੇ ਉਸ ਤਰੀਕੇ ਦੇ ਨਾਲ ਇਸ ਗੱਡੀ ਦੇ ਵਿੱਚ ਵੀ ਜਿਹੜੇ ਨੇ ਉਹ ਰੱਖੇ ਹੋਏ ਨੇਗੇ ਔਰ ਤਮਾਮ ਪ੍ਰਬੰਧ ਜਿਹੜੇ ਨੇ ਉਹ ਕਰਕੇ ਕਿਸਾਨ ਕੂਚ ਕਰ ਰਹੇ ਨੇਗੇ। ਔਰ ਇਸ ਵੇਲੇ ਇਹ ਤਸਵੀਰ ਪਟਿਆਲਾ ਦੇ ਤਰੀੜੀ ਜੱਟਾ ਟੋਲ ਪਲਾਜ਼ੇ ਦੀ ਹੈ ਔਰ ਤਰੀੜੀ ਜੱਟਾ ਟੋਲ ਪਲਾਜ਼ੇ ਦੇ ਵਿੱਚ ਅਜਿਹੀਆਂ ਜਿਹੜੀਆਂ ਤਸਵੀਰਾਂ ਨੇ ਉਹ ਸਾਹਮਣੇ ਆ ਰਹੀਆਂ ਨੇਗੀਆਂ। ਇਸ ਬੱਸ ਨੂੰ ਤਬਦੀਲ ਇੱਕ ਬੈੱਡ ਦੇ ਤਰੀਕੇ ਦੇ ਨਾਲ ਕਰ ਦਿੱਤਾ ਔਰ ਇਹ ਤਮਾਮ ਬਜ਼ੁਰਗ ਨੇਗੇ ਜਿਹੜੇ ਬੈਠੇ ਹੋਏ ਨੇ ਔਰ ਦਿੱਲੀ ਕੂਚ ਜਿਹੜਾ ਉਹ ਕਰਨ ਦੇ ਲਈ ਜਾ ਰਹੇ ਨੇਗੇ। ਬਜ਼ੁਰਗੋ, ਤਿਆਰੀ ਹੈਗੀ ਹੈ ਕਿਉਂਕਿ ਹਰਿਆਣਾ ਸਰਕਾਰ ਨੇ ਕਾਫੀ ਤਿਆਰੀ ਕੀਤੀ ਹੋਈ ਬੈਰੀਗੇਟ ਲਾ ਕੇ? ਸਾਡੀ ਬਹੁਤ ਤਿਆਰੀ ਹੈ ਵੀਰ, ਬਹੁਤ ਤਿਆਰੀ, ਅਸੀਂ ਕਰਕੇ ਆਏ ਹਾਂ। ਕਿਵੇਂ ਵੇਖਦੇ ਹੋ, ਕਿਉਂਕਿ ਮੰਗਾਂ ਨੂੰ ਲੈ ਕੇ ਮੀਟਿੰਗ ਵੀ ਹੋਈ ਸੀ, ਮੀਟਿੰਗ ਦੇ ਵਿੱਚ ਕੋਈ ਹੱਲ ਨਹੀਂ? ਨਾ, ਕੋਈ ਹੱਲ ਨਹੀਂ ਨਿਕਲਿਆ।
ਬਾਬਾ ਬੈਠ ਕੇ ਗੱਲ ਨਹੀਂ ਨਿਬੜਨ ਡਈ, ਸਾਡਾ ਸਿਰ ਭਾਵੇਂ ਜਾ ਕੇ ਦਿੱਲੀ ਸਿਰ ਕੀ ਕਰਨਾ ਸੀ, ਪਰ ਮਸਲਾ ਹੱਲ ਨੀ ਸਾਡਾ ਹੋਣ ਡਿਆ। ਅਸੀਂ ਆਏ ਤਰਨ ਤਾਰਨ ਜ਼ਿਲ੍ਹੇ ਚੋਂ। ਹਾਂਜੀ ਹਾਂਜੀ, ਜਾਵਾਂਗੇ ਤੇ ਖਵਾਸ਼ ਜਾਵਾਂਗੇ, ਤੋੜ ਕੇ ਜਾਵਾਂਗੇ ਬੈਰ ਨਾਲ ਉਹਦੇ। ਤਸਵੀਰ ਹੈ ਜੋ ਤੁਸੀਂ ਦੇਖ ਰਹੇ ਹੋ, ਕੀ ਕਹੋਗੇ ਪ੍ਰਧਾਨ ਜੀ, ਕਿਸ ਤਰੀਕੇ ਦੀ ਤਿਆਰੀ ਹੈ? ਹਾਂਜੀ, ਬਹੁਤ ਵੱਡੀਆਂ ਤਿਆਰੀਆਂ ਜੀ। ਜਿਹੜੀ ਮੋਦੀ ਦੀ ਸਰਕਾਰ ਵਾਅਦਾ ਕਰਕੇ ਮੁੱਕਰੀ ਸੀ, ਜਿਹਨੇ 13 ਮਹੀਨੇ ਅੰਦੋਲਨ ਚੱਲਿਆ, ਅੰਦੋਲਨ ਦੇ ਬਾਵਜੂਦ 750 ਤੋਂ ਵੱਧ ਕਿਸਾਨਾਂ ਮਜ਼ਦੂਰਾਂ ਦੀਆਂ ਉੱਥੇ ਸ਼ਹੀਦੀਆਂ ਹੋਈਆਂ, ਅਤੇ ਉਹ ਸ਼ਹੀਦੀਆਂ ਜਦੋਂ ਹੋਈਆਂ ਅਤੇ ਉਹ ਸ਼ਹੀਦੀਆਂ ਨੇ ਰੰਗ ਲਿਆ ਤਾ, ਅਤੇ ਮੋਦੀ ਸਰਕਾਰ ਨੂੰ ਪਿੱਛੇ ਮੁੜਨਾ ਪਿਆ, ਖੇਤੀ ਕਾਨੂੰਨ ਕਾਲੇ ਕਾਨੂੰਨ ਵਾਪਸ ਲਏ, ਪਰ ਉਹ ਟੇਢੇ ਢੰਗ ਦੇ ਨਾਲ ਫਿਰ ਲਗਾਤਾਰ ਜਿਹੜਾ ਵਾ ਉਹ ਲਾਗੂ ਕਰਕੇ, ਅਤੇ ਜਿਹੜਾ ਵਾ ਜਿਹੜਾ ਆਮ ਕਿਰਤੀਆਂ ਦੇ ਉੱਤੇ ਲੋਕਾਂ ਦੇ ਉੱਤੇ ਵੱਡੇ ਬੋਝ ਪਾਏ ਗਏ, ਇਸ ਕਰਕੇ ਇਸ ਵਕਤ ਫਿਰ ਨੰਬਰ 2 ਜਿਹੜਾ ਵਾ ਅੰਦੋਲਨ ਦਿੱਲੀ ਜਿਹੜਾ ਵਾ ਉਹ ਲੱਗ ਰਿਹਾ ਵਾ, ਅਤੇ ਵੱਡੀਆਂ ਤਿਆਰੀਆਂ ਵਾ, ਬਹੁਤ ਮਨੋਬਲ ਲੋਕਾਂ ਦੇ ਜਿਹੜੇ ਹੌਸਲੇ ਬੁਲੰਦ ਆ, ਅਤੇ ਪੂਰੀਆਂ ਤਿਆਰੀਆਂ ਦੇ ਵਿੱਚ ਜਾ ਰਹੇ। ਉਹ ਕਹਿੰਦੇ ਸ਼ਾਂਤਮਈ ਤਰੀਕੇ ਦੇ ਨਾਲ ਜਾਵਾਂਗੇ ਅੱਗੇ, ਲੱਗਦਾ ਕਿ ਸਥਿਤੀ ਜਿਹੜੀ ਉਹ ਸ਼ਾਂਤਮਈ ਤਰੀਕੇ ਲਈ ਬਣੂਗੀ ਜਿਸ ਤਰੀਕੇ ਦੇ ਬੈਰੀਕੇਡ ਲੱਗੇ ਹੋਏ? ਵੇਖੋ ਜੀ, ਜਿਹੜਾ ਸਾਡਾ ਅੰਦੋਲਨ ਆ ਬਿਲਕੁਲ ਉਹ ਸ਼ਾਂਤਮਈ ਆ, ਅਸੀਂ ਅੱਗੇ ਵੀ ਸ਼ਾਂਤਮਈ ਰਹਿ ਗਏ, 13 ਮਹੀਨੇ ਅੰਦੋਲਨ ਚਲਾਇਆ ਸੀ, ਹੁਣ ਵੀ ਸ਼ਾਂਤਮਈ ਆ। ਇਹ ਸਰਕਾਰ ਵੇਖੇ, ਵੇਖੋ ਕੋਈ ਵਾਧੂ ਚੀਜ਼ ਨਹੀਂ ਮੰਗ ਰਿਹਾ, ਜੋ ਸਰਕਾਰ ਨੇ ਵਾਅਦਾ ਕੀਤਾ ਸੀ ਸਰਕਾਰ ਮੰਨੀ ਸੀ, ਉਹੋ ਹੀ ਮੰਗ ਰਹੇ ਹਾਂ, ਅਤੇ ਸਰਕਾਰ ਨੂੰ ਚਾਹੀਦਾ ਵਾ ਵੀ ਛੇਤੀ ਤੋਂ ਛੇਤੀ ਮੋਦੀ ਦੀ ਸਰਕਾਰ ਜਿਹੜੀ ਆ ਕੀਤਾ ਵਾਅਦਾ ਪੂਰਾ ਕਰੇ। ਵਾਅਦਾ ਜਿਸ ਤਰੀਕੇ ਦੇ ਨਾਲ ਲੱਗਦਾ ਹੈ ਕਿ ਸਰਕਾਰ ਨੇ ਪਹਿਲਾਂ ਵੀ ਕੀਤਾ ਸੀ, ਮੀਟਿੰਗਾਂ ਕਾਫੀਆਂ ਹੋਈਆਂ ਸੀਗੀਆਂ, ਹੁਣ ਇੱਕ ਵਾਰ ਕੱਲ੍ਹ ਫਿਰ ਇੱਕ ਮੀਟਿੰਗ ਹੋਈ ਆ, ਉਸਦੇ ਵਿੱਚ ਵੀ ਕਿਹਾ ਗਿਆ ਕਿ ਹੱਲ ਕਰ ਦਾਂਗੇ, ਥੋੜ੍ਹਾ ਸਮਾਂ ਦਿਓ। ਅਸੀਂ ਕਹਿੰਦੇ ਹਾਂ ਵੀ ਖੇਤੀ ਕਾਨੂੰਨ ਜਿਹੜੇ ਆ ਜਦੋਂ ਰੱਦ ਕੀਤੇ ਆ, ਅਤੇ ਨਾਲ ਇਹਨਾਂ ਉਦੋਂ ਹੀ ਕਿਹਾ ਸੀ ਵੀ MSP ਦਾ ਗਰੰਟਡ ਕਾਨੂੰਨ ਬਣਾਵਾਂਗੇ, ਉਹ ਗਰੰਟਡ ਕਾਨੂੰਨ ਦੀ ਆ ਮੰਗ ਸਾਡੀ, ਉਹ ਬਣਾ ਦੇਣ, ਸਮੁੱਚਾ ਕਰਜ਼ਾ ਖਤਮ ਕਰਾਂਗੇ ਉਹ ਕਰ ਦੇਣ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੀ ਗੱਲ ਆ ਉਹ ਦੇ ਦੇਣ, ਅਤੇ ਜਿਹੜਾ ਵਾ ਲਿਖਤੀ ਕਰ ਲੈਣ ਸਾਡਾ। ਨਾਰਾ ਮਾਰਿਆ ਜਾਂਦਾ ਜੈ ਜਵਾਨ ਜੈ ਕਿਸਾਨ, ਅੱਜ ਜਦੋਂ ਹਾਲਾਤ ਹਰਿਆਣਾ ਦੇ ਵਿੱਚ ਬਣਨਗੇ ਤੇ ਜਵਾਨ ਤੇ ਕਿਸਾਨ ਇੱਕ ਵਾਰ ਫਿਰ ਸਾਹਮਣੇ ਸਾਹਮਣੇ ਹੋਣਗੇ? ਵੇਖੋ ਜੀ, ਜੈ ਜਵਾਨ ਜੈ ਕਿਸਾਨ ਦਾ ਜਦੋਂ ਨਾਰਾ ਵੱਜਿਆ ਸੀ ਨਾ, ਉਸ ਸਮੇਂ ਸਾਡੇ ਦੇਸ਼ ਕੋ ਬਿਲਕੁਲ ਖਾਣ ਜੋਗਾ ਅਨਾਜ ਨਹੀਂ ਸੀ ਹੈਗਾ, ਉਸ ਵੇਲੇ ਜਦੋਂ ਜੈ ਕਿਸਾਨ ਦਾ ਨਾਰਾ ਮਾਰਿਆ ਸੀ, ਤੇ ਸਾਡੇ ਕਿਸਾਨ ਨੇ ਲਗਾਤਾਰ ਕੇਂਦਰੀ ਪੂਲ ਦੇ ਵਿੱਚ ਆਪ ਕਰਜ਼ੇ ਦੀ ਅੱਗ ਦੇ ਵਿੱਚ ਝੁੱਬ ਕੇ ਆਪ ਜਿਹੜੀ ਕੁਰਬਾਨੀ ਦੇ ਕੇ, ਤੇ ਕੇਂਦਰੀ ਪੂਲ ਦੇ ਵਿੱਚ 60% ਅਨਾਜ ਪਾਇਆ, 1.5 ਕਿੱਲੇ ਦੇ ਮਾਲਕ ਨੇ। ਜਿਹੜਾ ਸਾਡਾ ਜੈ ਜਵਾਨ ਸੀ, ਉਸ ਜੈ ਜਵਾਨ ਨੇ ਜਿਹੜਾ ਆਪਦੀ ਛਾਤੀ ਜਿਹੜੀ ਆ ਉਹ ਬਾਰਡਰਾਂ ਦੇ ਉੱਤੇ ਜਿਹੜੀ ਆ ਆਪਦੀ ਛਾਤੀ ਕੀ ਕਰਕੇ ਛਾਣਨੀ ਕਰਵਾ ਲਈ, ਅਤੇ ਦੁਸ਼ਮਣ ਨੂੰ ਆਪਦੇ ਦੇਸ਼ 'ਚ ਪੈਰ ਨੂੰ ਪਾਉਣ ਦਿੱਤਾ, ਪਰ ਇਹਨਾਂ ਨੇ ਦੋਵਾਂ ਦਾ ਹੀ ਕੁਰਬ ਰੋਲ ਕੇ ਰੱਖਤਾ, ਦੋਵਾਂ ਨੂੰ ਮਾਰ ਕੇ ਕਿਸਾਨ ਕਰਜ਼ੇ ਦੇ ਵਿੱਚ ਡੋਬਤਾ, ਕਿਸਾਨ ਨੂੰ ਖੁਦਕੁਸ਼ੀਆਂ ਦੇ ਰਾਹ ਤੋਰਤਾ, ਅਤੇ ਜਿਹੜਾ ਨੌਜਵਾਨ ਜਿਹੜਾ ਜੈ ਜਵਾਨ ਸੀ ਉਹਦਾ ਵੀ ਜਿਹੜਾ ਵਾ ਤੁਸੀਂ ਵੇਖ ਲਓ ਵੀ ਨੌਕਰੀ 'ਤੇ ਲਾ, ਅਤੇ ਠੀਕ ਆ ਅਸੀਂ ਕਹਿੰਦੇ ਹਾਂ ਵੀ ਇਹ ਭਰਾ ਮਾਰੂ ਜੰਗ ਪਿੱਛੇ ਵੀ ਕਰਦੇ ਆਏ ਕਰਦੇ ਰਹਿਣਗੇ, ਪਰ ਅਸੀਂ ਕਹਿੰਦੇ ਹਾਂ ਵੀ ਸਾਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ ਵਾ, ਅਸੀਂ ਲੈ ਰਹੇ ਹਾਂ, ਪਰ ਅਗਲੇ ਬੰਨੇ ਜਿਹੜੇ ਸਾਡੇ ਜਵਾਨ ਆ ਉਹ ਵੀ ਵੇਖਣ ਵੀ ਸਰਕਾਰ ਕੀ ਕਰ ਰਹੀ ਆ। ਸਰਕਾਰ ਦੇ ਨਾਲ ਜਿਸ ਤਰੀਕੇ ਦੇ ਨਾਲ ਲਗਾਤਾਰ ਵੇਖਿਆ ਜਾ ਰਿਹਾ ਕਿ ਪ੍ਰਸ਼ਾਸਨ ਤਿਆਰੀ ਕਰ ਰਿਹਾ, ਨੌਕਡਿਲ ਚਲਾਉਂਦਾ ਹੈ, ਆਸੂ ਗੈਸ ਦੇ ਗੋਲੇ ਸਿੱਟਦਾ ਹੈ, ਤਮਾਮ ਤਿਆਰੀਆਂ ਦਿਖਾਈਆਂ ਜਾ ਰਹੀਆਂ ਨੇਗੀਆਂ, ਆ ਕਿਸਾਨ ਦੀ ਟਰਾਲੀਆਂ ਦੇ ਵਿੱਚ ਕੀ ਹੈਗਾ, ਗੱਦੇ ਬਿਸਤਰੇ ਇਹ ਲੜ ਲੈਣਗੇ ਇਸ ਤਰੀਕੇ ਦੇ ਨਾਲ, ਜਾਂ ਜਿਸ ਤਰੀਕੇ ਦੀ ਪ੍ਰਸ਼ਾਸਨ ਤਿਆਰੀ ਕਰੀ ਬੈਠਾ ਉਹਨਾਂ ਦੀ ਕੀ ਆਸ ਹੈ ਕਿਸਾਨਾਂ ਤੋਂ ਕਿ ਕਿਸਾਨ ਕੀ ਕਰਨਗੇ ਇੱਥੇ ਆ ਕੇ? ਵੇਖੋ ਜੀ, ਸਾਡੀ ਖਾਲੀ ਹੱਥਾਂ ਦੀ ਲੜਾਈ ਆ, ਸਾਡੀ ਦਰੀ ਸਪੀਕਰ ਦੀ ਲੜਾਈ ਆ, ਜਦੋਂ ਇਹ ਲੋਕ ਆਪਣੇ ਸਬਰ ਦੇ ਵਿੱਚ ਜਾਂਦੇ ਆ ਤੇ ਇਹ ਜਿੱਡਾ ਮਰਜ਼ੀ ਜ਼ਬਰ ਹੋਵੇ ਉਹਨੂੰ ਐਂ ਬਿਲਕੁਲ ਖਤਮ ਕਰ ਦਿੰਦੇ, ਕੋਈ ਵੀ ਜ਼ਬਰ ਜਿਹੜਾ ਵਾ ਸਰਕਾਰਾਂ ਢਾਉਂਦੀਆਂ ਜਾਂ ਕੋਈ ਦੋ ਰਾਇਆ ਨੇਗੀਆਂ, ਸਰਕਾਰਾਂ ਹਮੇਸ਼ਾ ਤਕੜੀਆਂ ਹੁੰਦੀਆਂ, ਪਰ ਲੋਕ ਜਿਹੜੇ ਆ ਲੋਕ ਜਦੋਂ ਆਪਣੀ ਆਈ 'ਤੇ ਆ ਜਾਂਦੇ ਆ ਫਿਰ ਤਖਤੇ ਪਲਟ ਦਿੰਦੇ ਆ, ਅਤੇ ਜਿਹੜਾ ਵਾ ਰਾਜ ਦਾ ਤਖਤਾ ਪਲਟਿਆ ਜਾਂਦਾ ਹੁੰਦਾ ਜੇ ਅੱਜ ਸਰਕਾਰ ਕੋ ਕਰਦੀ, ਠੀਕ ਹੈ ਜ਼ਬਰ ਢਾਲੇ ਸਰਕਾਰ, ਇਹ ਸਬਰ ਦੇ ਨਾਲ ਬੈਠੇ ਆ, ਜਾਣਗੇ ਗਾਂ ਵਧਣਗੇ, ਸਾਡੀਆਂ ਮੰਗਾਂ ਦੇਵੇ
ਚਾਹੇ ਫਿਰ ਦਿੱਲੀ ਸਾਡੀ ਆ, ਅਸੀਂ ਦਿੱਲੀ ਜਾਵਾਂਗੇ। ਲੱਗਦਾ ਕਿ ਉਮਰ ਹੈਗੀ ਹੈ ਇਸ ਤਰੀਕੇ ਦੀ ਟਕਰਾਓ ਦੀ ਸਥਿਤੀ ਦੀ ਤੁਹਾਡੇ ਲੋਕਾਂ ਦੀ, ਜੋ ਬਜ਼ੁਰਗ ਕਿਸਾਨ ਨੇਗੇ, ਕਿਉਂਕਿ ਨੌਜਵਾਨ ਪੀੜ੍ਹੀ ਕਹਿੰਦੇ ਹਾਲੇ ਤੱਕ ਕਿਸਾਨੀ ਨਾਲ ਜੁੜਤੇ ਰਹੀ ਨਹੀਂ। ਵੇਖੋ ਸਾਡੀ ਡਾਂਗ ਸੁੱਟੀ ਦੀ ਲੜਾਈ ਕੋਈ ਨਹੀਂ, ਸਾਡੀ ਕੋਈ ਗੋਲੀ ਦੀ ਲੜਾਈ ਨਹੀਂ ਗੀ, ਸਾਡੀ ਤਾਂ ਸ਼ਾਂਤਮਈ ਲੜਾਈ ਆ, ਅਸੀਂ ਸ਼ਾਂਤਮਈ ਜਾਵਾਂਗੇ। ਸਰਕਾਰ ਕੀ ਕਰਦੀ ਉਹ ਵੇਖੇ, ਸਰਕਾਰ ਨੇ ਕੀ ਕਰਨਾ। ਸ਼ਾਂਤਮਈ ਤਰੀਕੇ ਦੇ ਨਾਲ ਜਾਣਗੇ ਸਿੱਧੇ ਤੌਰ ਤੇ ਹੈਗਾ ਇਹ ਤਸਵੀਰ ਹੈ। ਇਹ ਤਮਾਮ ਕਿਸਾਨ ਨੇ ਜਿਹੜੇ ਦਿੱਲੀ ਕੂਚ ਕਰ ਰਹੇ ਨੇਗੇ, ਹੁਣ ਕੁਛ ਹੀ ਦੇਰ ਤੱਕ ਇੱਥੋਂ ਵੀ ਰਵਾਨਾ ਹੋਣਗੇ, ਕਿਉਂਕਿ ਇੱਕੋ ਥਾਵਾਂ ਦੇ ਉੱਪਰ ਇਹ ਤਮਾਮ ਜਿਹੜੀਆਂ ਨੇ ਉਹ ਇਕੱਠੇ ਹੋ ਰਹੇ ਨੇਗੇ, ਉਸ ਤੋਂ ਬਾਅਦ ਅਗਲੇ ਪੜਾਅ ਦੇ ਵੱਲ ਰਵਾਨਾ ਹੋਣਗੇ, ਯਾਨੀ ਕਿ ਰਾਜਪੁਰਾ ਸ਼ੰਭੂ ਦੇ ਵੱਲ ਰਵਾਨਾ ਹੋਣਗੇ। ਇਹ ਤਸਵੀਰ ਇੱਕ ਕਾਫਲੇ ਦੀ ਜ਼ਰੂਰ ਤੁਸੀਂ ਦਿਖਾਓ ਕਿ ਕਿਸ ਤਰੀਕੇ ਦੇ ਨਾਲ ਹੋਇਆ ਪਿਆ, ਕਿ ਜਿੱਥੇ ਤੱਕ ਨਿਗਾਹਾਂ ਜਾਂਦੀਆਂ ਨੇ ਟਰਾਲੀਆਂ, ਬੱਸਾਂ ਔਰ ਇਹ ਛੋਟੇ ਹਾਥੀ ਤੱਕ ਜਿਹੜੇ ਨੇ ਉਹ ਖੜ੍ਹੇ ਹੋਏ ਨੇਗੇ, ਕਿਉਂਕਿ ਦਿੱਲੀ ਜਾਣਾ ਹੈ, ਦਿੱਲੀ ਦੀ ਤਿਆਰੀ ਹੈ, ਅਤੇ ਦਿੱਲੀ ਦੀ ਤਿਆਰੀ ਪੂਰੀ ਕਰੀ ਬੈਠੇ ਕਿਸਾਨ ਜਿਹੜੇ ਨੇ ਉਹ ਰਵਾਨਾ ਹੋ ਰਹੇ ਨੇਗੇ। ਇਹ ਟਰੈਕਟਰ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ, ਇਸ ਦੇ ਪਿੱਛੇ ਟਰਾਲੀ ਬੰਨੀ ਹੋਈ ਹੈ, ਇਸ ਦੇ ਪਿੱਛੇ ਜਿਹੜੇ ਕਿਸਾਨ ਨੇ ਉਹ ਬੈਠੇ ਹੋਏ ਨੇਗੇ। ਤਮਾਮ ਇਹ ਕਿਸਾਨ ਨਿਕਲਦੇ ਹੋਏ ਇਹਨਾਂ ਤਸਵੀਰਾਂ ਦੇ ਵਿੱਚ ਵੀ ਤੁਹਾਨੂੰ ਨਜ਼ਰ ਆ ਰਹੇ ਹੋਣਗੇ, ਕਿਉਂਕਿ ਅੱਜ ਜਦੋਂ ਦਿੱਲੀ ਜਾਣਾ ਹੈ ਤਾਂ ਉਸਦੀ ਪੂਰੀ ਤਿਆਰੀ ਜਿਹੜੀ, ਇਹ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਕਿਸਾਨ ਜਿਹੜੇ ਨੇ ਅਤੇ ਇਹ ਮਾਝੇ ਦੇ ਨੇ ਸਾਰੇ, ਇਹ ਕਹਿ ਰਹੇ ਨੇ ਕਿ ਤਰਨ ਤਰਨ ਤੋਂ ਜਿਹੜੇ ਨੇ ਉਹ ਆਏ ਨੇ, ਕਿਉਂਕਿ ਜੋ ਕਿਸਾਨ ਸੰਘਰਸ਼ ਮਜ਼ਦੂਰ ਕਮੇਟੀ ਹੈ ਉਹ ਖਾਸ ਤੌਰ 'ਤੇ ਤਾਲੁਕ ਮਾਝੇ ਦੇ ਨਾਲ ਰੱਖਦੀ ਹੈ, ਜਿਸ 'ਤੇ ਸਰਵਨ ਸਿੰਘ ਬੰਦੇ ਸੂਬਾ ਸਕੱਤਰ ਨੇ, ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਵੀ ਕੁਝ ਦੇਰ ਪਹਿਲਾਂ ਕੀਤੀ ਗਈ ਸੀਗੀ। ਤਮਾਮ ਵੇਰਵਾ ਦਿੱਤਾ ਗਿਆ ਕਿ ਮੀਟਿੰਗ ਦੇ ਵਿੱਚ ਕੱਲ੍ਹ ਕੁਛ ਵਿਸਤਾਰ ਦੇ ਨਾਲ ਡਿਸਕਸ ਹੋਇਆ, ਔਰ ਹਾਲੇ ਵੀ ਸਰਕਾਰ ਨੇ ਉਹ ਤਮਾਮ ਚੀਜ਼ਾਂ ਦੇ ਉੱਪਰ ਹਾਮੀ ਨਹੀਂ ਜਤਾਈ। ਹਾਲਾਂਕਿ ਇਹ ਕਿਹਾ ਕਿ ਅਸੀਂ ਹੱਲ ਕਰ ਦਾਂਗੇ, ਲੇਕਿਨ ਥੋੜ੍ਹਾ ਸਮਾਂ ਚਾਹੀਦਾ, ਲੇਕਿਨ ਸਮਾਂ ਤੌਰ 'ਤੇ ਕਹਿ ਰਹੇ ਨੇ ਕਿ ਇੰਨੇ ਸਾਲਾਂ ਦਾ ਸਮਾਂ ਹੋ ਗਿਆ, ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ, ਲੇਕਿਨ ਹਾਲੇ ਤੱਕ ਸੰਘਰਸ਼ ਔਰ ਹਾਲੇ ਤੱਕ ਮੰਗਾਂ ਕਿਉਂ ਜਿਹੜੀਆਂ ਨੇ ਉਹ ਨਹੀਂ ਮੰਨੀਆਂ ਗਈਆਂ। ਤਾਂ ਇਹ ਤਸਵੀਰ ਹੈ ਜਦੋਂ ਤੁਸੀਂ ਦੇਖ ਰਹੇ ਹੈਗੇ ਹੋ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੀਆਂ ਟਰਾਲੀਆਂ ਜਿਹੜੀਆਂ ਨੇ ਉਹ ਆਪਣੇ ਸਮਾਨਾਂ ਦੇ ਨਾਲ ਲਦੀਆਂ ਹੋਈਆਂ ਨੇ, ਔਰ ਕਿਸਾਨ ਜਿਹੜੇ ਨੇ ਉਹ ਦਿੱਲੀ ਵੱਲ ਕੂਚ ਕਰ ਰਹੇ ਨੇਗੇ। ਔਰ ਇਹ ਪਟਿਆਲਾ ਅਜਿਹਾ ਇੱਕ ਸੈਂਟਰ ਬਣ ਗਿਆ, ਕਿਉਂਕਿ ਪਟਿਆਲੇ ਤੋਂ ਹੀ ਬਠਿੰਡੇ ਤੋਂ ਆਉਣ ਵਾਲਾ, ਸੰਗਰੂਰ ਤੋਂ ਆਉਣ ਵਾਲਾ, ਤਮਾਮ ਥਾਵਾਂ ਤੋਂ ਆਉਣ ਵਾਲੇ ਜਿਹੜੇ ਕਿਸਾਨ ਨੇ ਉਹ ਖਾਸ ਤੌਰ 'ਤੇ ਜਿਹੜੇ ਨੇ ਉਹ ਪਟਿਆਲੇ ਤੋਂ ਗੁਜਰਨਗੇ, ਔਰ ਉਹਨਾਂ ਦੀ ਪੂਰੀ ਤਿਆਰੀ ਜਿਹੜੀ ਆ ਉਹ ਇਸੇ ਤਰੀਕੇ ਦੇ ਨਾਲ, ਕਿਉਂਕਿ ਜਿੱਥੇ ਜਿੱਥੇ ਵੀ ਜਾਇਆ ਜਾ ਰਿਹਾ ਤਮਾਮ ਟਰਾਲੀਆਂ ਜਿਹੜੀਆਂ ਨੇ ਉਹ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ। ਔਰ ਇਹਨਾਂ ਟਰਾਲੀਆਂ ਦੇ ਵਿੱਚ ਪਿਆ ਕੀ, ਇਹਨਾਂ ਟਰਾਲੀਆਂ ਦੇ ਵਿੱਚ ਰਾਸ਼ਨ ਪਿਆ, ਬਿਸਤਰੇ ਪਏ ਨੇ, ਬਿਸਕਿਟ ਖਾਂਦੇ, ਚਾਹ ਪੀਂਦੇ ਜਿਹੜੇ ਬਜ਼ੁਰਗ ਕਿਸਾਨ ਨੇ ਜਿਹੜੇ ਨਜ਼ਰ ਆ ਰਹੇ ਨੇ। ਲੇਕਿਨ ਸਿੱਧੇ ਤੌਰ 'ਤੇ ਇੱਕ ਵੱਡਾ ਵੀ ਸਵਾਲ ਹੈ ਕਿ ਇੱਕ ਤਰਫ ਸਰਕਾਰ ਜਿਸ ਤਰੀਕੇ ਦੀ ਤਿਆਰੀ ਹਰਿਆਣਾ ਸਰਕਾਰ ਦੇ ਪ੍ਰਸ਼ਾਸਨ ਦੀ ਹੈ, ਔਰ ਦੂਸਰੀ ਤਰਫ ਇਹ ਕਿਸਾਨਾਂ ਦੀ ਹੈ, ਕਿ ਕਿਸਾਨ ਕਹਿੰਦੇ ਨੇ ਕਿ ਸ਼ਾਂਤਮਈ ਤਰੀਕੇ ਦੇ ਨਾਲ ਜਾਵਾਂਗੇ, ਲੇਕਿਨ ਵੇਖਣਾ ਹੋਵੇਗਾ ਕਿ ਸ਼ੰਭੂ ਬਾਰਡਰ ਦੇ ਉੱਪਰ ਹੁਣ ਕੁਛ ਦੇਰ ਤੱਕ ਕੀ ਵਾਪਰਦਾ, ਕੀ ਕੁਛ, ਕਿਉਂਕਿ ਵੱਡਾ ਕਾਫਲਾ ਫਤਿਹਗੜ੍ਹ ਸਾਹਿਬ ਪਟਿਆਲਾ ਤੋਂ ਰਵਾਨਾ ਹੋ ਚੁੱਕਾ ਹੈ, ਔਰ ਇਹ ਰਵਾਨਾ ਹੁੰਦਾ ਹੋਇਆ ਜਿਹੜਾ ਉਹ ਸ਼ੰਭੂ ਪਹੁੰਚੇਗਾ, ਸ਼ੰਭੂ ਦੇ ਵਿੱਚ ਕੀ ਸਥਿਤੀ ਬਣਦੀ ਹੈ ਇਹ ਖਾਸ ਤੌਰ 'ਤੇ ਵੇਖਣਾ ਹੋਵੇਗਾ। ਕੈਮਰਾ ਪਰਸਨ ਰਵੀ ਜੱਬਲ ਦੇ ਨਾਲ ਦਮਪ੍ਰੀਤ ਸਿੰਘ, PTC ਨਿਊਜ਼, ਪਟਿਆਲਾ।